ਫਾਈਨਲੀ ਯਾਰ ਮੋਟਰਸਾਈਕਲ ਆਪਾਂ ਜਿਹੜਾ ਬਾਈ ਕਰ ਲਿਆ ਤੇ ਯਾਰ ਮੀਂਹ ਨਾਲ ਬਹੁਤ ਬੁਰਾ ਹਾਲ ਵੇਖੋ ਕੱਪੜੇ ਸੁੱਕੇ ਯਾਰ ਸੁੱਕੇ ਯਾਰ ਜ਼ਿਆਦਾ ਗਿੱਲੇ ਨਹੀਂ ਅੱਜੇ ਲਿਆਂਦਾ ਇੰਨਾ ਸਾਫ ਤੇ ਹੁਣ ਚੈੱਕ ਕਰੋ ਗਿੱਲਾ ਹੋ ਗਿਆ ਪੂਰਾ ਤੇ ਬਾਕੀ ਯਾਰ ਫਾਈਨਲੀ ਰੈਡੀ ਹੋ ਗਿਆ ਵਾ ਮੋਟਰਸਾਈਕਲ ਬਸ ਡਿਲੀਵਰੀ ਲਈ ਹੋ ਗਿਆ ਤਿਆਰ ਇੱਥੇ ਨੰਬਰ ਪਲੇਟ ਲੱਗ ਗਈ ਐਫ ਫਸਟ ਰੋਡ ਟ੍ਰਿਪ ਸਾਡੀ ਹੁਣ ਲੱਗੀ ਆ 40 ਕਿਲੋਮੀਟਰ ਤੇ ਵੈਲਕਮ ਬੈਕ ਗਾਈਸ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਕਿ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਨਵੇਂ ਵਲੋਗ ਦੇ ਵਿੱਚ ਸਵਾਗਤ ਹੈ ਯਾਰ ਟਾਈਟਲ ਅਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਗੈਸ ਕਰ ਲਿਆ ਅਤੇ ਯਾਰ ਬਾਕੀ ਇੱਕ ਵਾਰ ਫਿਰ ਦੱਸ ਦਿੰਦੇ ਆ ਅਤੇ ਅੱਜ ਯਾਰ ਚੱਲਿਆ ਹੀਰੋ ਐਕਸਟ੍ਰੀਮ 125 ਆਰ ਬਾਏ ਕਰਨ ਅਤੇ ਸੋ ਯਾਰ ਕੱਲ੍ਹ ਹਲੇ ਗੱਡੀ ਧੋ ਗਏ ਹਟੇ ਆ ਰਾਤ ਅਤੇ ਰਾਤ ਹੀ ਮੀਂਹ ਪੈ ਗਿਆ ਅਤੇ ਯਾਰ ਬਾਕੀ ਦੇਖੋ ਘੱਟਾ ਜੰਮ ਗਿਆ ਜੋ ਹਲੇ ਧੋਤੀ ਆ ਅਤੇ ਉੱਦਾਂ ਬਾਕੀ ਯਾਰ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗਣ ਦੀ ਜੋ ਮਿਹਨਤ ਕੀਤੀ ਹੋਵੇ ਨਾ ਧੋ ਕੇ ਰੀਝ ਨਾ ਉੱਦਣ ਹੀ ਮੀਂਹ ਪੈਣਾ ਹੁੰਦਾ ਕਿ 2-3 ਵਾਰ ਇੱਦਾਂ ਹੀ ਚਾਂਸ ਹੋਇਆ ਅਤੇ ਵੇਖੋ A few moments later ਤੇ ਫਾਈਨਲੀ ਯਾਰ ਮੋਟਰਸਾਈਕਲ ਆਪਾਂ ਜਿਹੜਾ ਬਾਈ ਕਰ ਲਿਆ ਅਤੇ ਬਸ ਬਾਕੀ ਬੈਂਟਰੀ ਫਿਟਿੰਗ ਹੁੰਦੀ ਆ ਅਤੇ ਬਾਕੀ ਯਾਰ ਸਲਿੱਪ ਹੈ ਅਤੇ ਇਹ ਨਹੀਂ ਵਿਖਾ ਸਕਦੇ ਅਤੇ ਬਾਕੀ ਮਿਲਦੇ ਥੋੜ੍ਹੇ ਚਿਰ ਬਾਅਦ ਤੁਹਾਨੂੰ ਕਰਦਾ ਹੁਣ ਮੈਂ ਬਾਹਰ ਆਇਆ ਜੀ ਅਤੇ ਬਾਕੀ ਯਾਰ ਫਾਈਨਲੀ ਬਿੱਲ ਹੋ ਗਿਆ ਯਾਰ ਮੋਟਰਸਾਈਕਲ ਰੈਡੀ ਆ ਅਤੇ ਬਸ ਬੈਂਟਰੀ ਹੋਣ ਵਾਲੀ ਫਿਰ ਵਿੱਚ ਅਤੇ ਹੁਣ ਹੋਣ ਲੱਗੀ ਆ ਇਸ 'ਚ ਬੈਂਟਰੀ ਫਿੱਟ ਅਤੇ ਬਾਕੀ ਯਾਰ ਰੈਡੀ ਹੋ ਗਿਆ ਵਾ ਮੋਟਰਸਾਈਕਲ ਬਸ ਡਿਲੀਵਰੀ ਲਈ ਹੋ ਗਿਆ ਤਿਆਰ ਇੱਥੇ ਨੰਬਰ ਪਲੇਟ ਲੱਗ ਗਈ ਐਫ ਅਤੇ ਅਤੇ ਫਾਈਨਲੀ ਯਾਰ ਆਪਣੇ ਮੋਟਰਸਾਈਕਲ ਦੀ ਜਿਹੜੀ ਆ ਡਿਲੀਵਰੀ ਹੋ ਗਈ ਆ ਅਤੇ ਯਾਰ ਬਸ ਹੁਣ ਇੱਥੋਂ ਜਾਣਾ ਆਪਾਂ ਹਲੇ ਪਹਿਲਾਂ ਪਵਾਉਣਾ ਤੇਲ ਜੋ ਕਿ ਹੈ ਨਹੀਂ ਆ ਅਤੇ ਬਾਕੀ ਹਲੇ ਟੈਸਟ ਡਰਾਈਵ ਲਈ ਗਏ ਆ ਅਤੇ ਮੁੜ ਕੇ ਫਿਰ ਯਾਰ ਬਹਿ ਗਏ ਅਤੇ ਬਾਕੀ ਰਿਵਿਊ ਤੁਹਾਨੂੰ ਦੱਸਦੇ ਆ ਅਤੇ ਅਤੇ ਬਾਕੀ ਯਾਰ ਤੇਲ ਤਾਂ ਪਵਾ ਲਿਆ ਅਤੇ ਹੁਣ ਚੱਲੀਏ ਪਹਿਲਾਂ ਖਾਈਏ ਕੁਝ ਅਤੇ ਚਲੋ ਫਿਰ ਯਾਰ ਮਿਲਦੇ ਖੈਰ ਅਤੇ ਬਾਕੀ ਯਾਰ ਹੁਣ ਡਰਾਈਵਰ ਚੇਂਜ ਕਿਉਂਕਿ ਹਾਲੇ ਸ਼ਹਿਰ ਦੇ ਵਿੱਚ ਨਵੀਂ ਬਾਈਕ ਆ ਅਤੇ ਰਿਕਸ ਨਹੀਂ ਲੈਣਾ ਅਤੇ ਬਾਕੀ ਚਲੋ ਓ ਹੋ ਹੋ ਅਤੇ ਬਾਕੀ ਯਾਰ ਹੁਣ ਚੱਲੇ ਆ ਵਾਪਸ ਚਲੋ ਇਹ
ਤੇ ਬਾਕੀ ਯਾਰ ਸ਼ੋਰੂਮ ਤੋਂ ਤੇ ਆ ਗਏ ਸੀ ਤੇ ਹੁਣ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕਣ ਤੇ ਨਾਲੇ ਯਾਰ ਹੁਣ ਇੱਥੇ ਖਿਲਾ ਰਿਹਾ ਮੋਟਰਸਾਈਕਲ ਤੇ ਬਾਕੀ ਯਾਰ ਫੈਮਿਲੀ ਬਾਕੀ ਗੱਡੀ ਤੇ ਆਉਂਦੀ ਹੈ ਤੇ ਸੋ ਇੰਤਜ਼ਾਰ ਕਰਨ ਦੇ ਆਪਾਂ ਤੇ ਬਾਕੀ ਯਾਰ ਜੋ ਮਜ਼ਾ ਆਇਆ ਨਾ ਤੇ ਬਾਕੀ ਯਾਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਤੇ ਹੁਣ ਚੱਲੇ ਆ ਵਾਪਸੀ ਤੇ ਯਾਰ ਮੋਟਰਸਾਈਕਲ ਤੇ ਪਹਿਲੀ ਯਾਰ ਤੇ ਇੰਨੀ ਫਸਟ ਰੋਡ ਟ੍ਰਿਪ ਸਾਡੀ ਹੁਣ ਲੱਗੀ ਆ 40 ਕਿਲੋਮੀਟਰ ਤੇ ਸੋ ਯਾਰ ਬਾਕੀ ਹੁਣ ਹਨੇਰਾ ਬਹੁਤ ਹੋ ਗਿਆ ਵਾ 10-11 ਵਜੇ ਨੇ ਘਰੇ ਜਾਂਦੇ ਆ ਤੇ ਸੋ ਵਲੌਗ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਬਾਕੀ ਯਾਰ ਲਾਤਾ ਉੱਥੇ ਤੇ ਹੁਣ ਇੱਥੇ ਰੁਕਿਆ ਯਾਰ ਢਾਬੇ ਤੇ ਇੱਕ ਫੇਰ ਯਾਰ ਬਾਕੀ ਅੱਗੇ ਕਰਦੇ ਵਲੌਗ ਕੱਢਣੀ ਯਾਰ ਹਾਲੇ ਢਾਬੇ ਚ ਰੁਕੇ ਖਾਣ ਨੂੰ ਤੇ ਮੋਲ ਚਾਲ ਕੀ ਆਈ ਮੋਟਰ ਓਹੋ ਬੱਤੀ ਚੱਲ ਗਈ ਯਾਰ ਯਾਰ ਇੱਕ ਤੇ ਮੀਂਹ ਪੈਣ ਦਿਆ ਤੇ ਉੱਤੋਂ ਮੋਟਰਸਾਈਕਲ ਤੇ ਆ ਅੱਜ ਬੱਤੀ ਤੇ ਯਾਰ ਮੀਂਹ ਪੈਣ ਦਿਆ ਪੂਰਾ ਜ਼ੋਰੇ ਸ਼ੋਰਾ ਨਾ ਤੇ ਬਾਕੀ ਯਾਰ ਹੁਣ ਜਾਣਾ ਪੈਣਾ ਪਰ ਮੋਟਰਸਾਈਕਲ ਤੇ ਕੀ ਕਰੀਏ ਅੱਜੇ ਲਿਆਂਦਾ ਇੰਨਾ ਸਾਫ਼ ਤੇ ਹੁਣ ਚੈੱਕ ਕਰੋ ਗਿੱਲਾ ਹੋ ਗਿਆ ਪੂਰਾ A few moments later ਤੇ ਯਾਰ ਫਾਈਨਲੀ ਘਰੇ ਲੈ ਆਏ ਆ ਮੋਟਰਸਾਈਕਲ ਤੇ ਯਾਰ ਯਾਰ ਮੀਂਹ ਨਾਲ ਬਹੁਤ ਬੁਰਾ ਹਾਲ ਵੇਖੋ ਕੱਪੜੇ ਬਾਕੀ ਯਾਰ ਮੋਟਰਸਾਈਕਲ ਹਾਂ ਲਾਲ ਬਾਕੀ ਯਾਰ ਆ ਗਿਆ ਮੋਟਰਸਾਈਕਲ ਘਰੇ ਤੇ ਬਾਕੀ ਯਾਰ ਸਵੇਰੇ ਕਰਦੇ ਕੰਟੀਨਿਊ ਬਹੁਤ ਗਿੱਲੇ ਹੋ ਗਿਆ ਤੇ ਠੰਡ ਤੇ ਟਾਈਮ ਤੇ ਟਾਈਮ ਹੋ ਗਿਆ ਜੋ 11:30 ਰਾਤ ਦੇ ਤੇ ਬਸ ਹੁਣ ਸੋਈਏ ਯਾਰ ਬਹੁਤ ਚਲੋ ਮਿਲਦੇ ਫਿਰ ਸਵੇਰੇ The next day ਤੇ ਜਿੱਦਾਂ ਕਿ ਬਾਕੀ ਕੱਲ ਮੋਟਰਸਾਈਕਲ ਲੈ ਕੇ ਆਏ ਤੇ ਅੱਜ ਯਾਰ ਸਵੇਰੇ ਹੀ ਸੁੱਤੇ ਉੱਠੇ ਆ ਸਿੱਧਾ ਹੀ ਮੋਟਰਸਾਈਕਲ ਲੈ ਕੇ ਚੱਲ ਗਏ ਰਾਈਡ ਤੇ ਮੈਂ ਯਾਰ ਜੋ ਮਜ਼ਾ ਆਉਂਦਾ ਨਾ ਮੋਟਰਸਾਈਕਲ ਚਲਾਉਣ ਦਾ ਕੀ ਦੱਸੀਏ ਤੇ ਹੁਣ ਅੱਜ ਕਰਦੇ ਆਪਾਂ ਰਿਐਕਸ਼ਨ ਵੀਡੀਓ ਰਿਕਾਰਡ ਤੇ ਸੋ ਤੁਹਾਨੂੰ ਇਹ ਵੀਡੀਓ ਤੋਂ ਬਾਅਦ ਵੇਖਣ ਨੂੰ ਮਿਲ ਜੂਗੀ ਤੇ ਉਹਦਾ ਕਰਕੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਚਲੋ ਕਰਦੇ ਆ ਫਿਰ ਅੱਜ ਦਾ ਵਲੌਗ ਇੱਥੇ ਹੀ ਖਤਮ ਤੇ ਮਿਲਦੇ ਨਵੇਂ ਵਲੌਗ ਦੇ ਨਾਲ ਤੇ ਸੋ